ਅਸੀਂ ਚਾਰ ਬੰਦੇ ਆਵਾਂਗੇ ਜੀ। ਚਾਰ ਬੰਦੇ ਕੀ ਗੱਲ, ਮੈਂ ਅੰਦਰੋਂ ਪੇਟੀ ਕਢਾਉਣੀ ਤੁਹਾਡੇ ਕੋਲ। ਭਾਜੀ ਨਾਲ ਹੈਲਪਰ ਹੁੰਦੇ ਆ। ਚਾਰ ਬੰਦੇ ਕਾਹਦੇ ਲਈ ਲਿਆ ਰਿਹਾ ਤੂੰ, ਲੜਾਈ ਹੋ ਪਈ ਵੈੜੇ ਨਾਲ ਤੇਰੀ? ਭਾਜੀ ਇਹ ਤਾਂ ਵੈੜਾ ਮਾਸ਼ਾਅੱਲਾ ਦੇਖੋ ਹੈਲਦੀ ਆ, ਇਹਨੂੰ ਇਹਨੂੰ ਟਾਉਣਾ ਵਾ। ਫਿਰ ਚਾਰ ਬੰਦਿਆਂ ਦੀ ਗੱਲ ਕਿਉਂ ਕੀਤੀ? ਤੂੰ ਤੇ ਅੱਜ ਕਹਿੰਦਾ ਵੀ ਚਾਰ ਬੰਦੇ ਆਵਾਂਗੇ ਤੇ ਚੁੱਪ ਕਰਕੇ ਨਿਕਾਹ ਕਰਕੇ ਤੇ ਵੈੜਾ ਲੈ ਜਾਾਂਗੇ, ਰੌਲਾ ਪਾਉਣ ਦੀ ਲੋੜ ਹੀ ਨਹੀਂ। ਨਹੀਂ ਨਹੀਂ ਉਹ ਚਾਰ ਬੰਦੇ ਭਾਜੀ ਹੈਲਪਰ ਹੁੰਦੇ ਆ ਨਾਲ, ਉਹ ਜਿਹਨੇ ਲੱਤਾਂ ਲੁੱਤਾਂ ਫੜਨੀਆਂ ਹੁੰਦੀਆਂ। ਹਾਂਜੀ ਇਹਨੂੰ ਅਗਰ ਉਹ ਇੱਥੋਂ ਮੁਹੱਲੇ ਚੋਂ ਦੇ ਦੇਣਗੇ ਤੁਹਾਨੂੰ ਬੰਦੇ? ਨਹੀਂ ਉਹ ਅਨਟ੍ਰੇਨਡ ਹੁੰਦੇ, ਸਾਡੇ ਕੋਲ ਟ੍ਰੇਨਡ ਬੰਦੇ ਹੁੰਦੇ ਆ ਭਾਜੀ ਸਾਡੇ। ਉਹ ਇਹ ਤੇ ਬਹੁਤ ਸ਼ਰੀਫ ਵੈੜਾ ਵਾ। ਕੀ ਗੱਲ ਜੀ? ਬਹੁਤ ਸ਼ਰੀਫ ਵੈੜਾ, ਯਕੀਨ ਕਰੋ ਸਾਡਾ। ਇਹਦਾ ਨਾਮ ਰਾਜੂ ਰੱਖਿਆ, ਰਾਜੂ। ਅੱਛਾ ਜੀ ਰਾਜੂ। ਇਹ ਰਾਜੂ ਪਿਆਰ ਨਾ ਕਰਿਓ ਡਰਿਓ, ਬਹੁਤ ਸ਼ਰੀਫ ਵੈੜਾ ਸਾਡਾ ਭਾਜੀ। ਅੱਛਾ ਜੀ। ਹਾਂ ਦੂਜਿਆਂ ਦੇ ਵੈੜਿਆਂ ਨੇ ਖੰਜਰ ਲਾਇਆ ਡੱਬ ਨਾ, ਜਾਂ 230-23 ਲਈ ਫਿਰਦੇ ਆ। ਪਰਸੋਂ ਇੱਥੇ ਵਿਹੜਾ ਲਾਇਆ ਉਹਨਾਂ ਨੇ, ਉਹ ਲਾਉਂਦੇ ਆ ਸਾਰੀ ਭਾਜੀ, ਉਹ ਦੌੜ ਪਿਆ। ਅੱਛਾ ਜੀ। ਉਹ ਨਾਲ ਕੁਰਸੀਆਂ ਚਾਰ, ਦੋ ਮੋਟਰਸਾਈਕਲਾਂ ਅੜ ਗਈਆਂ ਉਹਦੇ ਨਾਲ, ਇੱਕ ਬੰਦਾ ਮੰਜੀ ਤੇ ਬੈਠਾ ਸੀ, ਉਹ ਅੜ ਗਿਆ, ਉਹ ਜਾ ਰਿਹਾ। ਉਹ ਇੰਜ ਲੱਗਦਾ ਜਿੰਨਾ ਸਮਾਨ ਲੈ ਕੇ ਗਿਆ ਨਾ ਵਿਹੜਾ ਨਾਲ, ਉਹ ਲੱਗਦਾ ਵੀ ਵਿਹੜਾ ਜਿਹੜਾ ਨਾ ਘਰ ਸ਼ਿਫਟ ਕਰ ਰਿਹਾ। ਕਿਉਂ ਡੈਡੀ, ਕਿੰਨਾ ਵਕਤ ਪਾਇਆ ਉਹਨੇ? ਉਹ ਬੰਦੇ ਨੂੰ ਲੈ ਗਏ, ਉਹ ਸ਼ਨਾਖਤੀ ਕਾਰਡ ਦਿਖਾ ਕੇ ਬੰਦਾ ਤੇ ਵਿਹੜਾ ਲੱਭਣ ਲਏ ਹੋ? ਨਹੀਂ ਉਹ ਹੁੰਦੇ ਆ ਵਿਹੜੇ, ਲੇਕਿਨ ਸਾਡਾ ਭਾਈ ਜੱਦੀ ਕੰਮ ਵਾ, ਸਾਨੂੰ ਤੇ ਵਿਹੜਾ ਵੇਖ ਕੇ ਜਿਹੜਾ ਨਾ ਬਦਮਾਸ਼ ਵੀ ਸ਼ਰੀਫ ਹੋ ਜਾਂਦਾ। ਨਹੀਂ ਇਹ ਤੇ ਗੱਲ ਤੁਹਾਡੀ ਠੀਕ ਹੈ, ਲੇਕਿਨ ਇਹ ਮੇਰਾ ਵਿਹੜਾ ਜਿਹੜਾ ਨਾ ਬਹੁਤ ਸ਼ਰੀਫ ਆ ਭਾਜੀ, ਯਕੀਨ ਕਰੋ। ਚਲੋ ਚੰਗਾ, ਠੰਡੇ ਜਾਨਵਰ ਹੁੰਦੇ ਆ ਭਾਜੀ ਵਿੱਚ। ਹਾਂਜੀ ਹਾਂਜੀ, ਲੇਕਿਨ ਇੱਕ ਗੱਲ ਆ ਭਾਜੀ, ਗੋਗਾ ਗੋਗਾ ਭਾਈ, ਵਿਹੜੇ ਨੂੰ ਨਾ ਤਕਲੀਫ ਨਾ ਹੋਵੇ। ਹਾਂਜੀ ਤਕਲੀਫ ਨਾ ਹੋਵੇ। ਚਲੋ ਫਿਰ ਇਹਨੂੰ ਪੀਸੀ ਡਬਲ ਬੈੱਡ ਬੁੱਕ ਕਰਾ ਦਾਂ ਇਹਦੇ ਵਾਸਤੇ, ਉੱਥੇ ਰਾਮ ਰੂਮ ਕਰੇ। ਜੇ ਐਡਾ ਸ਼ਰੀਫ ਆ ਤੇ ਇਹਨੂੰ ਕਿਉਂ ਜ਼ਿਬਾ ਕਰਨਾ? ਨਹੀਂ ਮੈਂ ਦੱਸ ਰਿਹਾ ਮੈਂ ਵੀ ਇਹਨੂੰ ਤਕਲੀਫ ਨਾ ਹੋਵੇ, ਵਿਹੜਾ ਕਰ ਦਿਓ। ਉਹ ਭਾਜੀ ਜਦੋਂ ਜਾਨਵਰ ਨੂੰ ਕਰਨਾ ਵਾ ਤਕਲੀਫ ਤੇ ਹੋਣੀ ਆ, ਇਹ ਤਕਲੀਫ ਹੁਣ ਕਿੱਦਾਂ ਮੈਂ ਇਹਨੂੰ? ਇਹਦਾ ਬਲੱਡ ਵੀ ਨਾ ਨਿਕਲੇ। ਵਾਹ ਬਈ ਵਾਹ, ਕਿਆ ਕੁਰਬਾਨੀ ਕਰਨ ਲੱਗਾ ਯਾਰ ਤੂੰ। ਕਿਉਂ? ਤੂੰ ਬਲੱਡ ਆਪ ਉਹ ਪੋਜ਼ਿਟਿਵ ਦੇ ਦੀ, ਮੈਂ ਉਹ ਰੋੜ ਦੂੰਗਾ ਥੱਲੇ। ਨਹੀਂ ਮਤਲਬ ਮੈਂ ਤੈਨੂੰ ਕਹਿ ਰਿਹਾ ਨਾ, ਘਰ ਦਾ ਪਾਲਿਆ ਜੀ ਕਿਵੇਂ, ਮੈਨੂੰ ਇਹਦਾ ਮੁਹੱਬਤ ਬਹੁਤ ਆ, ਪਿਆਰ ਬਹੁਤ ਆ। ਹੈਂਜੀ ਉਨਸ ਬਹੁਤ ਆ, ਮੁਹੱਬਤ ਪਿਆਰ। ਨਹੀਂ ਮੁਹੱਬਤ ਪਿਆਰ ਤੇ ਹੁੰਦਾ ਹੀ ਆ, ਲੇਕਿਨ ਏਦਾਂ ਥੋੜਾ ਹੁੰਦਾ ਵਾ ਵੀ ਹੁਣ ਜਾਨਵਰ ਨੂੰ ਤਕਲੀਫ ਨਾ ਹੋਵੇ, ਜ਼ਿਬਾ ਤੇ ਕਰਨਾ ਹੀ ਆ ਨਾ, ਬਲੱਡ ਵੀ ਨਿਕਲਣਾ। ਚਲੋ ਦੇਖ ਲਓ ਭਾਜੀ, ਪਰ ਹਲੇ ਏਡੀਆਂ ਪਾਬੰਦੀਆਂ ਨਾ ਨਹੀਂ ਹੁੰਦਾ ਹੁੰਦਾ ਬੱਕਰਾ। ਨਹੀਂ ਪਾਬੰਦੀਆਂ ਤੇ ਮੈਂ ਲਾ ਹੀ ਨਹੀਂ ਰਿਹਾ, ਤੁਸੀਂ ਕਰੋ ਭਾਜੀ ਇਹਦੀ ਖਲ ਲਾਓ, ਮਤਲਬ ਬੋਟੀਆਂ ਵੀ ਅੱਛੀਆਂ ਅੱਛੀਆਂ ਬਣਾਓ, ਲੇਕਿਨ ਨਾ ਇਹਨੂੰ ਤਕਲੀਫ ਨਾ ਹੋਵੇ। ਯਾਰ ਇਹਨੂੰ ਤਕਲੀਫ ਨਾ ਹੋਵੇ, ਵਿਹੜਾ ਵੀ ਤੁਸੀਂ ਕਰਨਾ ਵਾ। ਹਾਂ ਤੁਸੀਂ ਮੈਨੂੰ ਤਕਲੀਫ ਚ ਪਾਤਾ। ਕਿਉਂ ਵੀ ਮੈਂ ਇਹਨੂੰ ਕਿੱਦਾਂ ਕਰਨਾ ਵਾ, ਉਹ ਮੈਨੂੰ ਕੋਈ ਤਰੀਕਾ ਵੀ ਦੱਸੋ। ਕਿੰਨੇ ਸਾਲ ਹੋ ਗਏ ਤੈਨੂੰ ਇਹ ਕੰਮ ਕਰ? ਤੂੰ ਕਹਿੰਦਾ ਮੇਰੇ ਦਾਦੇ ਪੜਦਾਦੇ ਵੀ ਇਹੀ ਕੰਮ ਕਰਦੇ ਆ। ਆਹਾ ਕਰਦੇ ਆ, ਤੇ ਤੂੰ ਵੀ ਉਂਝ ਕਰਨਾ ਫਿਰ। ਚਲੋ ਨੈਟ ਤੂੰ 2000 ਵੱਧ ਲੈ ਲਈ, ਲੇਕਿਨ ਇਹਨੂੰ ਨਾ ਬਲੱਡ ਨਾ ਨਿਕਲੇ ਇਹਦਾ। ਚੱਲ ਤੂੰ ਇੱਧਰ ਨਿਕਲ ਜਾਈਂ ਕਿਤੇ ਬਾਹਰ ਨੂੰ ਨਾ, ਇੱਧਰ ਨਹਿਰੋ ਨਹਿਰ ਫਿਰੀ ਫੁਰ ਲਈ ਉਨੀ ਦੇਰ, 2-4 ਘੰਟੇ ਨਾ ਪਾਗਲਾਂ ਤਰ੍ਹਾਂ ਗੇੜਾ ਕੱਢ ਲਈ, ਉਨੀ ਦੇਰ ਨੂੰ ਫਿਰ ਅਸੀਂ ਇਹਨੂੰ ਕਰ ਲਾਂਗੇ ਜ਼ਿਬਾ। ਭਾਜੀ ਇਹਨੂੰ ਤਕਲੀਫ ਨਾ ਹੋਵੇ। ਚਲੋ ਇੱਕ ਡਾਕਟਰ ਮੰਗਾਓ ਬੇਹੋਸ਼ੀ ਵਾਲਾ, ਫਿਰ ਉਹ ਇਹਨੂੰ ਪਹਿਲਾਂ ਐਨਸਥੀਜ਼ੀਆ ਕਰੇ। ਹੈਂ ਆਹੋ, ਤੇ ਫਿਰ ਇਹਨੂੰ ਕਰ ਲਾਂਗੇ ਜ਼ਿਬਾ, ਕਰ ਲਾਂਗੇ। ਭਾਜੀ ਮੁਹੱਬਤ ਬਹੁਤ ਆ ਇਹਦੇ ਨਾਲ, ਯਕੀਨ ਕਰੋ ਹੋ ਜਾਂਦੀ ਜਾਨਵਰ ਨਾਲ ਭਾਜੀ ਮੁਹੱਬਤ ਲੱਗਦਾ। ਤੁਸੀਂ ਘਰ ਪਾਲਿਆ ਹੱਥੀ ਨਾ? ਹਾਂਜੀ ਹੱਥੀ ਪਾਲਿਆ ਲੱਗਦਾ। ਨਹੀਂ ਨਹੀਂ ਕੱਲ ਮੰਡੀਓ ਲਿਆ। ਬੱਲੇ ਬਈ, ਇੱਕ ਦਿਨ ਚ ਤੈਨੂੰ ਇੰਨੀ ਮੁਹੱਬਤ ਹੋ ਗਈ ਇਹਦੇ ਨਾਲ? ਮੁਹੱਬਤ ਹੁੰਦੀ ਨੀ, ਜਾਨਵਰ ਆ। ਜਾਨਵਰ ਤੇ ਹੈ ਵਾ, ਪਰ ਤੈਨੂੰ 1-1.5 ਦਿਨ ਦੇ ਵਿੱਚ ਹੀ ਏਡਾ ਉਨਸ ਹੋ ਗਿਆ, ਤੇ ਤੈਨੂੰ ਜ਼ਿਬਾ ਕਿੱਦਾਂ ਕਰਨਾ? ਇਹਦੇ ਨਾਲ ਇੱਥੇ ਗਲੀ ਚ ਕ੍ਰਿਕਟ ਖੇਡ। ਹਾਂ ਇੱਕ ਤਾਸ਼ ਮੰਗਾ ਲਾ, ਉਹ ਇਹਦੇ ਨਾਲ ਮੰਗ ਪੱਤਾ ਖੇਡ, ਸਮਝਦਾ ਨਾ? ਤੇ ਵੱਖਰੇ ਸ਼ੀਰੀ ਫਰਾਦ ਬਣੇ ਹੋ, ਤੇ ਇਹਨੂੰ ਜ਼ਿਬਾ ਕਿੱਦਾਂ ਕਰਨਾ? ਭਾਜੀ ਇਹ ਤੁਹਾਨੂੰ ਕੁਛ ਨਹੀਂ ਕਹੇਗਾ, ਯਕੀਨ ਕਰੋ। ਇਹਨੂੰ ਤੂੰ ਵੀ ਕੁਛ ਨਹੀਂ ਕਹਿਣ ਦੇਣਾ, ਜਿੱਦਾਂ ਦਾ ਤੇਰਾ ਮੂੰਹ ਬਣ ਗਿਆ ਵਾ। ਇਹਦਾ ਮੁਹੱਲੇ ਕੋਲੋਂ ਕਿਸੇ ਕੋ ਪੁੱਛ ਲਓ ਵੀ ਵਿਹੜਾ ਇਹਨਾਂ ਦਾ ਕੈਸਾ? ਨੇਮ ਪਲੇਟ ਇਹਦੀ ਲੱਗੀ ਆ, ਸ਼ਰੀਫ ਵਿਹੜਾ ਮਕਾਨ ਨੰਬਰ ਇੰਨਾ। ਯਕੀਨ ਕਰ ਜੇ ਹੈ ਉਹ ਤਾਂ ਮੇਰਾ ਵਾ ਭਾਈ, ਯਕੀਨ ਕਰੋ ਕਿ ਜਿੱਦਣ ਦਾ ਵਿਹੜਾ ਲਿਆਂਦਾ ਨਾ, ਹਾਂ